ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਲੁਧਿਆਣਾ ਵੱਲੋਂ ਸੁਸਾਇਟੀ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਰਬ ਹਿੰਦ ਵਿਸ਼ੇਸ਼ ਅਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 30-31 ਅਗਸਤ ਅਤੇ 1 ਸਤੰਬਰ ਨੂੰ ਗੁੱਜਰ ਖਾਨ ਕੈਂਪਸ ਮਾਡਲ ਟਾਊਨ ਲੁਧਿਆਣਾ ਵਿਖੇ ਉੱਚ ਪੱਧਰ 'ਤੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਸੇਵਾਦਾਰ ਡਾਕਟਰ ਕਮਲਜੀਤ ਸਿੰਘ, ਜਨਰਲ ਸਕੱਤਰ ਜਰਨੈਲ ਸਿੰਘ, ਚੇਅਰਮੈਨ ਦਰਸ਼ਨ ਸਿੰਘ ਨੇ ਦਿੰਦੇ ਦੱਸਿਆ ਕਿ ਇਹਨਾਂ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਹਜ਼ੂਰੀ ਰਾਗੀ ਜਥੇ, ਵਿਦਵਾਨ ਅਤੇ ਪ੍ਰਚਾਰਕ ਸੰਗਤਾਂ ਨੂੰ ਜਿੱਥੇ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ, ਉੱਥੇ 1 ਸਤੰਬਰ ਦਿਨ ਐਤਵਾਰ ਨੂੰ ਸਵੇਰੇ 6 ਵਜੇ ਇੱਕ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਲੁਧਿਆਣਾ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਸਰਬ ਹਿੰਦ ਵਿਸ਼ੇਸ਼ ਗੁਰਮਤਿ ਸਮਾਗਮ ਜੋ ਹੈ 30-31 ਅਗਸਤ ਅਤੇ 1 ਸਤੰਬਰ ਨੂੰ ਗੁੱਜਰ ਖਾਨ ਕੈਂਪਸ ਵਿਖੇ ਗੁਰਦੁਆਰਾ ਸ਼ਹੀਦਾਂ ਮਾਲ ਟਾਊਨ ਵਿਖੇ ਇਹ ਸਮਾਗਮ ਹੋ ਰਹੇ ਨੇ, ਜੋ ਕਿ 30-31 ਅਗਸਤ ਅਤੇ 1 ਸਤੰਬਰ ਨੂੰ ਹੋਣਗੇ, ਜਿਨ੍ਹਾਂ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਔਰ ਸੰਤ ਮਹਾਂਪੁਰਸ਼ ਔਰ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਔਰ ਮਹਾਨ ਜੋ ਰਾਗੀ ਜਥੇ ਨੇ, ਜਿਨ੍ਹਾਂ ਵਿੱਚ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ, ਭਾਈ ਹਰਕਿਸ਼ਨ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਜਸਵਿੰਦਰ ਸਿੰਘ ਜੀ ਟੈਕਸਲਾ TV ਵਾਲੇ ਔਰ ਸਰਦਾਰ ਜਿੰਦਰ ਸਿੰਘ ਜੀ ਸ਼ਿਮਲੇ ਵਾਲੇ, ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਹੋਰ ਪੰਥ ਪ੍ਰਸਿੱਧ ਵਿਦਵਾਨ ਅਤੇ ਰਾਗੀ ਇਸ ਵਿੱਚ ਪਹੁੰਚ ਰਹੇ ਨੇ, ਜਿੱਥੇ 30 ਤਰੀਕ ਨੂੰ ਇਸਤਰੀ ਸਤਸੰਗ ਸਭਾਵਾਂ ਦਾ ਜੋ ਸਮਾਗਮ ਹੋਏਗਾ ਉਹ 1 ਵਜੇ ਤੋਂ ਲੈ ਕੇ 5 ਵਜੇ ਤੱਕ, ਉਪਰੰਤ ਰਾਤ ਨੂੰ 6 ਵਜੇ ਤੋਂ ਲੈ ਕੇ ਰਾਤ 10:30-11 ਵਜੇ ਤੱਕ ਇਹ ਸਮਾਗਮ ਚੱਲਣਗੇ। ਔਰ ਇਸੇ ਤਰ੍ਹਾਂ 31 ਤਰੀਕ ਦੇ ਜੋ ਸਮਾਗਮ ਨੇ, ਜਿਨ੍ਹਾਂ ਵਿੱਚ 1 ਵਜੇ ਜਪ ਤਪ ਚੁਪਹਿਰਾ ਸਮਾਗਮ, ਜੋ ਗੁਰਦੁਆਰਾ ਸ਼ਹੀਦਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀ ਸੰਗਤ ਜੋ ਹੈ ਉਹ ਇੱਥੇ ਜਪ ਤਪ ਚੁਪਹਿਰਾ ਸਮਾਗਮ ਕਰਾਉਣਗੇ, ਜਿੱਥੇ ਲੋਕਲ ਸੰਗਤਾਂ ਵੀ ਉਹਨਾਂ ਵਿੱਚ ਰਲ ਮਿਲ ਕੇ ਇਹ ਗੁਰੂ ਜਸ ਕਰਨਗੇ, ਗੁਰੂ ਦੀਆਂ ਸੀਸਾਂ ਪ੍ਰਾਪਤ ਕਰਨਗੇ। 1 ਸਤੰਬਰ ਨੂੰ ਸਵੇਰੇ 6 ਵਜੇ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਂ ਵਿੱਚ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਜੋ ਹੈ ਉਹ ਲੁਧਿਆਣੇ ਦੇ ਵੱਖ ਵੱਖ ਮਾਡਲ ਟਾਊਨ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ 4 ਖੰਬਾ ਰੋਡ ਤੋਂ ਵਾਪਸੀ ਫਿਰ ਗੁਰਦੁਆਰਾ ਸਾਹਿਬ, ਗੁਰਦੁਆਰਾ ਸ਼ਹੀਦਾਂ ਪਹੁੰਚੇਗਾ। ਉੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਕਿਰਪਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਪਿਛਲੇ 50 ਸਾਲ ਤੋਂ ਜੋ ਘਰ ਘਰ ਅੰਦਰ ਧਰਮ ਪ੍ਰਚਾਰ ਕਰ ਰਹੀ ਹੈ, ਉਹਦੇ ਅੱਜ 50 ਸਾਲ ਸੰਪੂਰਨ ਹੋਣ ਦੀ ਖੁਸ਼ੀ ਵਿੱਚ ਗੋਲਡਨ ਜੁਬਲੀ ਸਮਾਗਮ 30-31 ਅਗਸਤ ਨੂੰ ਗੁੱਜਰ ਖਾਨ ਕੈਂਪਸ ਵਿਖੇ ਪੂਰਨ ਸਹਿਯੋਗ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਦਿੱਲੀ ਵਾਲਿਆਂ ਨਾਲ, ਸਰਦਾਰ ਗੁਰਿੰਦਰ ਸਿੰਘ ਜੀ ਬਾਵਾ ਉਹਨਾਂ ਨੇ ਕੈਂਪਸ ਵੱਲੋਂ ਸਾਰਾ ਕੈਂਪਸ ਹੀ ਸਾਡੇ ਹਵਾਲੇ ਕੀਤਾ ਹੋਇਆ ਹੈ। ਆਪ ਜੀ ਜਿਸ ਤਰ੍ਹਾਂ ਮਰਜ਼ੀ ਇਸ ਕੈਂਪ ਨੂੰ ਵਰਤੋ, ਆਪ ਜੀ ਦਾ ਹੈ, ਸੰਗਤਾਂ ਦਾ ਹੈ, ਉਹਨਾਂ ਨੇ ਪੂਰਨ ਸਹਿਯੋਗ ਹੈ। 30 ਅਗਸਤ ਨੂੰ ਕੱਲ੍ਹ ਜਿੱਥੇ ਇਸਤਰੀ ਸਤਸੰਗ ਸਭਾਵਾਂ ਦਾ ਸਮਾਗਮ ਹੋਵੇਗਾ ਔਰ ਸ਼ਾਮ ਨੂੰ ਗੁਰਮਤਿ ਦੀਵਾਨ ਸਜਣਗੇ, 31 ਅਗਸਤ ਨੂੰ ਰਾਤ ਨੂੰ ਦੀਵਾਨ ਸਜਣਗੇ, 31 ਅਗਸਤ ਨੂੰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ 12 ਵਜੇ ਤੱਕ ਇਹ ਸਮਾਗਮ ਚੱਲਣਗੇ, ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ ਅਤੇ ਕੀਰਤਨੀ ਜਥੇ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਜਥੇ ਵਿਦਵਾਨ ਸੱਜਣ ਪਹੁੰਚ ਰਹੇ ਹਨ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਹੀ ਵਡਭਾਗਾ ਮੌਕਾ ਹੈ ਜਦੋਂ ਕਿ ਸਾਰੀ ਸਿੱਖ ਸੰਗਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਥੱਲੇ ਆ ਕੇ ਧੰਨ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਉਤਸਵ ਅਤੇ ਸੁਖਮਨੀ ਸੇਵਾ ਸੁਸਾਇਟੀ ਦੇ 50 ਸਾਲ ਪੂਰੇ ਹੋਣ ਦੇ ਖੁਸ਼ੀ ਵਿੱਚ ਇਹ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸਾਡੇ ਗੁੱਜਰ ਖਾਨ ਕੈਂਪਸ ਵੱਲੋਂ ਪ੍ਰਧਾਨ ਸਾਹਿਬ ਸਾਹਿਬ ਪਰਮਜੀਤ ਸਿੰਘ ਸਰਨਾ ਵੱਲੋਂ ਪੂਰਾ ਜਿਹੜਾ ਹੈ ਸਹਿਯੋਗ ਇਹਨਾਂ ਵੱਲ ਹੈਗਾ। ਔਰ ਜਿਵੇਂ ਕਿ ਆਪ ਜੀ ਨੂੰ ਕੀਤਾ ਗਿਆ ਕਿ ਇਹ 2 ਦਿਨ ਦੀ ਜਿਹੜੀ ਗੁਰਮਤਿ ਰਸਨਾ ਮੰਗਣੀ ਹੈ ਜੋ ਸੰਗਤ ਨੇ ਆਉਣਾ ਹੈ, ਜਿੱਥੋਂ ਜੋ ਪੂਰਨ ਸਹਿਯੋਗ ਸਾਡੇ ਕੈਂਪਸ ਵੱਲੋਂ ਇਸ ਸੁਸਾਇਟੀ ਨੂੰ ਦਿੱਤਾ ਜਾ ਰਿਹਾ ਹੈ। ਔਰ ਅਸੀਂ ਉਮੀਦ ਕਰਦੇ ਹਾਂ ਇਹ ਲੁਧਿਆਣੇ ਦਾ ਨਹੀਂ, ਪੰਜਾਬ ਦਾ ਇਹ ਆਪਣੇ ਆਪ 'ਚ ਇੱਕ ਮਿਸਾਲ ਕਾਇਮ ਹੁੰਦਾ ਹੋਇਆ ਗੁਰਮਤਿ ਸਮਾਗਮ ਰਹੇਗਾ।
ਗੁਰਦੁਆਰਾ ਸ਼ਹੀਦਾਂ ਦੇ ਜਨਰਲ ਸੈਕਟਰੀ ਹੋਣ ਦੇ ਨਾਤੇ ਮੈਂ ਇਹ ਬੇਨਤੀ ਕਰਾਂਗਾ ਕਿ ਇਹ ਜਿਹੜਾ ਸਮਾਗਮ ਹੈ ਇਹਦੇ 'ਚ ਸਾਡੇ ਗੁਰਦੁਆਰਾ ਸਾਹਿਬ ਦੇ ਜਿਹੜੇ ਰੋਜ਼ ਦੇ ਮੈਂਬਰ ਆਉਣਾ ਉਹ ਵੀ ਸਾਡੀ ਜਿਹੜੀ ਐਗਜੈਕਟਿਵ ਕਮੇਟੀ ਹੈ ਉਹ ਸਾਡੇ ਜਿਹੜੇ ਹੈੱਡ ਨੇ ਭਾਵੇਂ ਉਹ ਦਿੱਲੀ 'ਚ ਬੈਠੇ ਨੇ ਭਾਵੇਂ ਸਾਡੇ ਕੋਲ ਬਾਬਾ ਜੀ ਬੈਠੇ ਨੇ ਅਸੀਂ ਸਾਰੇ ਹੀ ਜੋ ਸੇਵਾ ਬੜੀ ਸ਼ਰਧਾ ਦੇ ਨਾਲ ਕਰ ਰਹੇ ਹਾਂ ਇਹ 12 ਏਕੜ ਜਗ੍ਹਾ ਧਿਆਨ ਦੇਣਾ ਇਸ 12 ਏਕੜ ਜਗ੍ਹਾ ਦੇ ਵਿੱਚ ਇੱਕ ਬੇਟੀਆਂ ਦਾ ਐੱਮ ਏ ਤੱਕ ਦਾ ਕਾਲਜ ਹੈ ਔਰ ਇੱਕ ਕੰਪਿਊਟਰ ਕਾਲਜ ਹੈ ਔਰ 3 ਸੀਨੀਅਰ ਸੈਕੰਡਰੀ ਸਕੂਲ ਹਨ ਅਤੇ ਇੱਕ ਛੋਟਾ ਸਕੂਲ ਹੈ ਛੋਟੇ ਬੱਚਿਆਂ ਦਾ ਅਤੇ ਇੱਕ ਗੁਰਦੁਆਰਾ ਸਾਹਿਬ ਸਵਾਭਿਮਾਨ ਹੈ ਜਿਹਦਾ ਇਹ ਸਮਾਗਮ ਹੋ ਰਹੇ ਹੋਣਗੇ ਇਹਨਾਂ 'ਚ ਅਗਰ ਸਾਡੇ ਕੋਈ ਕਮਰੇ ਵਗੈਰਾ ਘੱਟ ਜਾਣਗੇ ਸਾਡੇ ਸਾਰੇ ਜਿਹੜੇ ਸਾਥੀ ਨੇ ਸਾਡੇ ਕੋਠੀਆਂ ਦੇ ਰਾਤੀ ਦਰਵਾਜ਼ੇ ਖੁੱਲ੍ਹ ਜਾਣਗੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗੇ ਔਰ ਪੂਰੀ ਤਰ੍ਹਾਂ ਸੇਵਾ ਕਰਾਂਗੇ ਇਹੋ ਜਿਹੇ ਸਵਾਗ ਕਦੀ ਕਦੀ ਮਿਲਦੇ ਨੇ ਇਹ 50 ਸਾਲਾ ਗੋਲਡਨ ਜੁਬਲੀ ਜਿੱਥੇ ਇਹ ਮਨਾ ਰਹੇ ਨੇ ਆਪਣੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਸਾਡੇ ਕਾਲਜ ਦੀ ਵੀ 50 ਸਾਲਾ ਜੁਬਲੀ ਹੈ ਅਤੇ ਇਸ ਕਰਕੇ ਅਸੀਂ ਕਹਾਂਗੇ ਅਸੀਂ ਵਧੀਆ ਤਰੀਕੇ ਨਾਲ ਇਹ ਸੇਵਾ ਕਰੀਏ ਤਾਂ ਕਿ ਜਿਹੜੀ ਬਾਹਰੋਂ ਸੰਗਤ ਆ ਰਹੀ ਹੈ ਉਹ ਸਾਨੂੰ ਅੱਗੇ ਇੰਪ੍ਰੈਸ਼ਨ ਬੜਾ ਵਧੀਆ ਲੈ ਕੇ ਜਾਣ ਇਹਨਾਂ ਸ਼ਬਦਾਂ ਨਾਲ ਤੁਹਾਡੇ ਸਾਰੇ ਪ੍ਰੈਸ ਵਾਲਿਆਂ ਦਾ ਧੰਨਵਾਦ ਵੀ ਕਰਦਾ ਵਾਂ ਨਾਲੇ ਬੇਨਤੀ ਕਰਾਂਗੇ ਸਤਿਗੁਰ ਸੱਚੇ ਪਿਤਾ ਕੇ ਸਾਨੂੰ ਸਮਰੱਥਾ ਬਖਸ਼ੋ ਅਸੀਂ ਤਨ ਮਨ ਅਤੇ ਧਨ ਦੁਆਰਾ ਸੇਵਾ ਕਰ ਸਕੀਏ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ ਫੋਕਸ ਡੋਟ ਪੰਜਾਬੀ ਯੂਰ ਸਿਟੀ ਯੂਰ ਨਿਊਜ਼